ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਮਨਦੀਪ ਕੁਰਮੀ ਹਿੰਮਤਪੁਰਾ, ਮੈਂ ਤੁਹਾਡੇ ਨਾਲ ਪੰਜ ਦਰਿਆ ਦੇ ਸਕੋਟਲੈਂਡ ਸਟੂਡੀਓ ਤੋਂ ਸਾਂਝ ਬਣਾ ਰਿਹਾ। ਜਿਸ ਦਿਨ ਅਸੀਂ ਪੰਜ ਦਰਿਆ ਦਾ ਆਗਾਜ਼ ਕੀਤਾ ਸੀ, ਉਸ ਦਿਨ ਤੋਂ ਸਾਡੀ ਕੋਸ਼ਿਸ਼ ਸੀ ਕਿ ਅਸੀਂ ਕੋਈ ਚੰਗੀਆਂ ਪੈੜਾਂ ਪਾਈਏ। ਇਸੇ ਕੋਸ਼ਿਸ਼ ਤਹਿਤ ਹੀ ਅਸੀਂ ਸਮੇਂ ਸਮੇਂ 'ਤੇ ਵੱਖ ਵੱਖ ਖੇਤਰਾਂ ਦੇ ਵਿੱਚ ਚੰਗਾ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਆ ਰਹੇ ਹਾਂ। ਉਸੇ ਕੋਸ਼ਿਸ਼ ਤਹਿਤ ਹੀ ਸਾਡੇ ਨਾਲ ਜਿਹੜੇ ਸੱਜਣ ਅੱਜ ਸਟੂਡੀਓ ਦੇ ਵਿੱਚ ਮੌਜੂਦ ਹੋਣ ਜਾ ਰਹੇ ਆ, ਉਹਨਾਂ ਦਾ ਖੇਤਰ ਵੀ ਮੀਡੀਆ ਖੇਤਰ ਹੈ। ਲੰਮੇ ਸਮੇਂ ਤੋਂ ਮੀਡੀਆ ਖੇਤਰ ਰਾਹੀਂ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਂਦੇ ਰਹੇ ਆ। ਮੇਰੀ ਮੁਰਾਦ ਹੈ ਕਰਮਜੀਤ ਮੀਨੀਆ ਤੋਂ। ਕਰਮਜੀਤ ਮੀਨੀਆ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਅਤੇ ਅਸੀਂ ਉਹਨਾਂ ਨੂੰ ਜੀ ਐਂ ਕਹਿੰਦੇ ਹਾਂ। ਕਰਮਜੀਤ ਜੀ, ਤੁਹਾਡਾ ਪੰਜ ਦਰਿਆ ਦੇ ਸਟੂਡੀਓ ਦੇ ਵਿੱਚ ਹਾਰਦਿਕ ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜ ਦਰਿਆ ਦੇ ਸੁਣ ਵਾਲਿਆਂ ਨੂੰ, ਪਿਆਰ ਅਤੇ ਮੁਹੱਬਤ ਭਰੀ ਔਰ ਧੰਨਵਾਦੀ ਹਾਂ ਪੰਜ ਦਰਿਆ ਦੀ ਫੁੱਲ ਟੀਮ ਦੇ, ਜਿਨ੍ਹਾਂ ਨੇ ਮੌਕਾ ਦਿੱਤਾ ਹੈਗਾ ਆਪ ਸਭ ਦੇ ਰੂਬਰੂ ਹੋਣ ਲਈ ਅਤੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ। ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਦੁਬਾਰਾ ਤੋਂ। ਸਭ ਤੋਂ ਪਹਿਲਾਂ ਮੈਂ ਇੱਥੇ ਦੱਸਣਾ ਜ਼ਰੂਰੀ ਸਮਝਦਾ ਕਿ ਅਸੀਂ ਪੰਜ ਦਰਿਆ ਅਤੇ ਤੇਜ਼ ਰਿਕਾਰਡ ਦੇ ਸਾਂਝੇ ਉੱਦਮ ਨਾਲ ਕਰਮਜੀਤ ਮੀਨੀਆ ਦਾ ਜਿਹੜਾ ਗੀਤ ਆ ਡੋਲੀ ਪਰਿਵਾਰਕ ਗੀਤ, ਉਹ ਪੇਸ਼ ਕਰਕੇ ਹਟੇ ਹਾਂ। ਅਤੇ ਸਭ ਤੋਂ ਪਹਿਲਾਂ ਕਰਮਜੀਤ ਜੀ, ਤੁਹਾਨੂੰ ਤੁਹਾਡੇ ਗੀਤ ਦੀਆਂ ਬਹੁਤ ਬਹੁਤ ਵਧਾਈਆਂ ਪੇਸ਼ ਕਰਦੇ ਹਾਂ। ਥੈਂਕ ਯੂ ਮਨਦੀਪ ਜੀ ਔਰ ਪੰਜ ਦਰਿਆ ਦੀ ਪੂਰੀ ਫੁੱਲ ਟੀਮ ਦਾ, ਜਿਨ੍ਹਾਂ ਦਾ ਬਹੁਤ ਸਹਿਯੋਗ ਰਿਹਾ ਇਸ ਗੀਤ ਨੂੰ ਸਾਰਿਆਂ ਤੱਕ ਪਹੁੰਚਾਉਣ ਵਾਸਤੇ। ਸਟਿਲ ਜਿਹੜਾ ਉਹ ਜੋ ਲੱਗਿਆ ਹੋਇਆ ਹੈਗਾ ਅਤੇ ਅਸੀਂ ਆਸ ਕਰਦੇ ਹਾਂ ਵੀ ਸਾਰਿਆਂ ਨੂੰ ਗੀਤ ਪਸੰਦ ਆਵੇ। ਸਾਡੀ ਪਹਿਲਾਂ ਮੇਰੇ ਕਹਿਣ ਮੁਤਾਬਕ ਕੋਸ਼ਿਸ਼ ਵੀ ਇਹ ਹੈ, ਸਾਡੀ ਸੋਚ ਵੀ ਇਹ ਹੈ ਕਿ ਜੋ ਜੋ ਸੱਜਣ ਆਪੋ ਆਪਣੇ ਖੇਤਰ ਦੇ ਵਿੱਚ ਚੰਗਾ ਕੰਮ ਕਰ ਰਹੇ ਆ, ਉਹਨਾਂ ਨੂੰ ਉਤਸ਼ਾਹਿਤ ਕਰਨਾ ਸਾਡਾ ਪਰਮ ਧਰਮ ਹੈ, ਸਾਡਾ ਮੁੱਢਲਾ ਫਰਜ਼ ਹੈ। ਉਸੇ ਫਰਜ਼ ਤਹਿਤ ਹੀ ਅਸੀਂ ਡੋਲੀ ਗੀਤ ਦੀ ਜਿਹੜੀ ਸਮੁੱਚੀ ਕੰਮ ਸੀ ਜਿਹੜੇ ਉਹਦੇ ਨਾਲ ਜੁੜ ਕੇ ਮਾਣ ਮਹਿਸੂਸ ਕੀਤਾ। ਅਤੇ ਅੱਜ ਮੈਂ ਸਾਡੇ ਜਿਹੜੇ ਦਰਸ਼ਕ ਆ ਜਾਂ ਪਾਠਕ ਆ ਜਾਂ ਸਾਡੇ ਸ਼ਰੋਤੇ ਆ, ਉਹਨਾਂ ਦੇ ਨਾਲ ਇਹ ਗੱਲ ਦੀ ਖੁਸ਼ੀ ਲੈ ਰਿਹਾ ਕਿ ਕਰਮਜੀਤ ਮੀਨੀਆ ਕੌਣ ਹੈ, ਕਰਮਜੀਤ ਮੀਨੀਆ ਨੇ ਹੁਣ ਤੱਕ ਕੀ ਕੀਤਾ ਅਤੇ ਕਰਮਜੀਤ ਮੀਨੀਆ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਸਰਗਰਮ ਰਿਹਾ, ਇਹ ਗੱਲ ਤੁਹਾਡੇ ਨਾਲ ਸਾਂਝੀ ਕਰਵਾਉਣ ਲਈ ਅਸੀਂ ਉਹਨਾਂ ਨੂੰ ਸਟੂਡੀਓ ਦੇ ਵਿੱਚ ਸੱਦਾ ਦਿੱਤਾ। ਇਸ ਤੋਂ ਪਹਿਲਾਂ ਤੁਸੀਂ ਕਰਮਜੀਤ ਮੀਨੀਆ ਨੂੰ ਲੰਮੇ ਸਮੇਂ ਤੋਂ ਮੀਡੀਆ ਖੇਤਰ ਦੇ ਵਿੱਚ ਇੱਕ ਰੇਡੀਓ ਪੇਸ਼ਕਾਰ ਵਜੋਂ ਜਾਣਦੇ ਹੋ, ਉਹਨਾਂ ਦੇ ਹਾਸੇ ਠੱਠੇ ਵਾਲੀਆਂ ਗੱਲਾਂ ਜਾਂ ਜਿਹੜਾ ਉਹਨਾਂ ਦਾ ਵਿਲੱਖਣ ਅੰਦਾਜ਼ ਆ ਉਹਦੇ ਕਰਕੇ ਤੁਸੀਂ ਉਹਨਾਂ ਨੂੰ ਪਿਆਰ ਬਖਸ਼ਦੇ ਹੋ। ਅਤੇ ਅੱਜ ਆਪਾਂ ਕਰਮਜੀਤ ਮੀਨੀਆ ਨੂੰ ਟੋਹ ਕੇ ਦੇਖਾਂਗੇ ਕਿ ਅਸਲ 'ਚ ਕਰਮਜੀਤ ਮੀਨੀਆ ਕਿਸ ਕਿਸ ਕਲਾ ਨੂੰ ਆਪਣੇ ਅੰਦਰ ਸਮੋਈ ਬੈਠਾ। ਕਰਮਜੀਤ ਜੀ, ਤੁਹਾਨੂੰ ਲੰਮਾ ਸਮਾਂ ਹੋ ਗਿਆ ਪਿੰਡ ਮੀਨੀਆ ਦੀ ਮਿੱਟੀ ਤੋਂ ਅਲਵਿਦਾ ਆਖਿਆ। ਬਿਲਕੁਲ, ਪਰਦੇਸੀ ਵਜੋਂ ਕਿੰਨੇ ਕੁ ਜਫਰ ਜਾਲੇ ਨੇ ਅਤੇ ਸਕੋਟਲੈਂਡ ਜਾਂ ਯੂਕੇ ਦੀ ਧਰਤੀ 'ਤੇ ਤੁਸੀਂ ਕਦੋਂ ਕਾਏ? ਮਨਦੀਪ ਜੀ, ਗੁਰਬਾਣੀ ਵੀ ਕਹਿੰਦੀ ਵੀ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਹਾਂਜੀ, ਗੁਰਬਾਣੀ ਮੁਤਾਬਕ ਜਿੱਥੇ ਜਿੱਥੇ ਪਰਮਾਤਮਾ ਨੇ ਲਿਖਿਆ ਹੁੰਦਾ ਦਾਣਾ ਪਾਣੀ, ਉੱਥੇ ਉੱਥੇ ਦਾ ਚੁਗਣਾ ਪੈਂਦਾ ਅਤੇ ਬਹੁਤ ਸਾਰੀਆਂ ਘਾਲਣਾ ਘਾਲੀਆਂ, ਤਕਰੀਬਨ 98 ਦਾ ਜਿਹੜਾ ਹੈਗਾ 98 ਦਾ ਛੱਡਿਆ ਹੋਇਆ ਪਿੰਡ, ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਜਿਹੜਾ ਹੈਗਾ ਉਹ ਬਹੁਤ ਸਟਰਗਲ ਵਾਲਾ ਵੀ ਰਿਹਾ, ਖੁਸ਼ੀ ਵਾਲਾ ਵੀ ਰਿਹਾ, ਯਾਨੀ ਕਿ ਸਮੇਂ ਸਿਰ ਜਿਹੜਾ ਉਹ ਤਬਦੀਲੀਆਂ ਹੁੰਦੀਆਂ ਆਈਆਂ, ਅਤੇ ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਕੀਤਾ, ਬਹੁਤ ਕੁਛ ਕਰਨ ਦੀ। ਅਸਲ ਦੇ ਵਿੱਚ ਇਹ ਆ ਕਿ ਜਦੋਂ ਜਿਹੜੀ ਮਕਾਨ ਦੇ ਵਿੱਚ ਜਾਂ ਕੋਈ ਕੋਠੀ ਬਣਦੀ ਹੈ ਜਾਂ ਕੋਈ ਮਹਿਲ ਬਣਦਾ, ਜਿਹੜੀਆਂ ਉਹਦੇ ਵਿੱਚ ਇੱਟਾਂ ਲੱਗੀਆਂ ਹੁੰਦੀਆਂ, ਜਿੰਨਾ ਚਿਰ ਉਹ ਆਵੀ ਦੇ ਵਿੱਚ ਜਾਂ ਭੱਠੇ ਦੇ ਵਿੱਚ ਤਪਦੀਆਂ ਨਹੀਂ, ਅੱਗ ਨਹੀਂ ਸਹਿਣ ਕਰਦੀਆਂ, ਜਾਂ ਜਿੰਨਾ ਚਿਰ ਉਹ ਸੰਘਰਸ਼ ਦੇ ਦੌਰ 'ਚ ਦੀ ਨਹੀਂ ਲੱਗਦੀਆਂ, ਉਹਨਾਂ ਚਿਰ ਉਹਨਾਂ ਦੀ ਪਕਿਆਈ ਵੀ ਨਹੀਂ ਬਣਦੀ। ਇਹੀ ਕੁਝ ਸਾਡੇ ਆਮ ਜਨ ਜੀਵਨ ਦੇ ਵਿੱਚ ਵੀ ਹੁੰਦਾ। ਤੇ ਜੇ ਅੱਜ ਮੈਂ ਕਹਾਂ ਕਿ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਕਰਮਜੀਤ ਮੀਨੀਆ ਦੇ ਨਾਲ ਬੈਠ ਕੇ, ਤੇ ਕਰਮਜੀਤ ਮੀਨੀਆ ਨੇ ਜਿਹੜਾ ਸੰਘਰਸ਼ ਕੀਤਾ ਉਹ ਵਾਕਈ ਦੱਸਣ ਯੋਗ ਹੈ, ਤੇ ਤੁਸੀਂ ਆਪਣੀ ਗੱਲ। ਹਾਂਜੀ, ਮੈਂ ਇੱਥੋਂ ਅੱਗੇ ਇਹ ਗੱਲ ਸ਼ੁਰੂ ਕਰੂੰਗਾ ਕਿ ਜਿਹੜਾ ਤੁਹਾਡਾ ਪਿੰਡ ਆ, ਪਹਿਲਾਂ ਤੁਸੀਂ ਲੰਮਾ ਸਮਾਂ ਆਪਣੇ ਨਾਂ ਦੇ ਨਾਲ ਕਰਮਜੀਤ ਭੱਲਾ ਲਿਖਿਆ ਜਾਂ ਭੱਲਾ ਬੋਲਿਆ, ਉਹਦਾ ਕੀ ਕਾਰਨ ਸੀ?
ਐਕਚੁਅਲੀ ਮੈਂ ਤਕਰੀਬਨ 2008 ਦੇ ਵਿੱਚ ਸ਼ੁਰੂ ਕੀਤਾ, 8 ਜਾਂ 7 ਦੇ ਵਿੱਚ ਰੇਡੀਓ ਆਵਾਜ਼ ਨੂੰ ਜੁਆਇਨ ਕੀਤਾ। ਹਾਂਜੀ। ਅਤੇ ਉਦੋਂ ਫਿਰ ਮੇਰੀ ਸ਼ੁਰੂਆਤ ਤੋਂ ਆਦਤ ਹੈਗੀ ਆ ਕਿ ਮੈਂ ਬਹੁਤ ਜ਼ਿਆਦਾ ਕਮੇਡੀ ਸ਼ੋਅ ਦੇਖਦਾ ਅਤੇ ਮੈਨੂੰ ਆਪ ਨੂੰ ਕਮੇਡੀ ਕਰਨਾ ਪਸੰਦ ਵੀ ਹੈਗੀ ਆ, ਅਤੇ ਉਹਦੇ ਵਾਸਤੇ ਫਿਰ ਮੈਂ ਸੋਚਿਆ ਵੀ ਚਲੋ ਕੋਈ ਨਾਂ ਵੱਖਰਾ ਨਾਮ ਦਿੱਤਾ ਜਾਵੇ। ਅਤੇ ਕੁਦਰਤੀ ਜਸਵਿੰਦਰ ਪਲਾਸਾ ਉਹਨਾਂ ਦੇ ਨਾਲ, ਉਹਨਾਂ ਦੇ ਇੱਕ ਐਲਬਮ ਆਈ ਸੀਗੀ, ਸ਼ਾਇਦ ਉਹਦਾ ਨਾਮ ਮਿੱਠੇ ਪੁੱਛੇ ਸੀਗਾ, ਉਹ 'ਚ ਮੈਂ ਉਹਨਾਂ ਦੀ ਇੰਟਰਵਿਊ ਕਰੀ। ਅਤੇ ਉਦੋਂ ਕੁਝ ਗੱਲਾਂ ਬਾਤਾਂ ਉਹਨਾਂ ਵੱਲੋਂ ਕਰੀ ਜਾਂਦੀਆਂ ਹਾਸਰਾਜ, ਕੁਝ ਮੈਂ ਜ਼ਿਆਦਾ ਪੰਚ ਮਾਰੇ। ਅਤੇ ਉਦੋਂ ਜਸਵਿੰਦਰ ਭੱਲਾ ਸਾਹਿਬ ਉਹਨਾਂ ਨੇ ਕਹਿ ਦਿੱਤਾ ਵੀ ਅੱਜ ਤੋਂ ਬਾਅਦ ਤੂੰ ਦੂਸਰਾ ਭੱਲਾ। ਅਤੇ ਉਦੋਂ ਜੇ ਸ਼ੁਰੂ ਕੀਤਾ ਸੀ, ਸੀਰੀਅਸ ਲੈ ਗਏ ਉਸ ਗੱਲ? ਹਾਂਜੀ, ਸੀਰੀਅਸ ਮੈਂ ਨਹੀਂ ਲਿਆ। ਅਤੇ ਉਹ ਸਾਡੇ ਡਾਇਰੈਕਟਰ ਸਾਹਿਬ ਚਰਨਜੀਤ ਸਿੰਘ ਜੀ ਸੰਘਾ ਸਾਹਿਬ, ਉਹਨਾਂ ਨੇ ਕਹਿੰਦੇ ਵੀ ਭੱਲਾ ਜੀ ਨਾ ਕੋਈ ਨਵਾਂ ਦੇਣਾ ਤਾਂ ਰੇਡੀਓ ਦੇ ਨਾਲ ਲਾਉਣ ਵਾਸਤੇ, ਤੇ ਤੁਸੀਂ ਤੁਹਾਡੇ ਮਗਰ ਭੱਲਾ ਰੱਖ ਲਈਏ। ਤੇ ਫਿਰ ਉਦੋਂ ਤੋਂ ਜਿਹੜਾ ਹੈਗਾ ਉਹ ਨਾਮਕਰਨ ਹੋ ਗਿਆ, ਤੇ ਰੇਡੀਓ ਤੇ ਜਿਹੜਾ ਹੈਗਾ ਉਹ ਕਰਮਜੀਤ ਭੱਲਾ ਚੱਲਦਾ ਸੀਗਾ। ਪਰ ਗਾਇਕੀ ਖੇਤਰ ਦੇ ਵਿੱਚ ਸ਼ੁਰੂਆਤ ਕਰਨ ਵਾਸਤੇ ਮੈਂ ਸੋਚਿਆ ਵੀ ਆਪਣੀ ਜਨਮ ਭੂਮੀ ਨੂੰ ਜਿਹੜਾ ਹੈਗਾ ਉਹ ਨਾਲ ਜ਼ਰੂਰ ਜੋੜਿਆ ਜਾਵੇ, ਕਿਉਂਕਿ ਉੱਥੇ ਵਾਪਸ ਚਾਹੇ ਅਸੀਂ ਹਰ ਵਕਤ ਤਾਂ ਗਏ ਜਾਣ ਦੀ, ਤੇ ਪਰ ਕੋਈ ਪਤਾ ਨਹੀਂ ਕਿਹੜੇ ਵੇਲੇ ਸਾਹਾਂ ਦੀ ਡੋਰੀ ਜਿਹੜੀ ਹੈਗੀ ਆ ਉਹ ਕਿੱਥੇ ਸਮਾਪਤ ਹੋਣੀ। ਪਰ ਜਨਮ ਭੂਮੀ ਦਾ ਨਾਮ ਅਗਰ ਜੋੜਾਂਗੇ ਤਾਂ ਉਹ ਬਹੁਤ ਚੰਗਾ, ਤੁਹਾਡਾ ਮੋਹ ਪ੍ਰਗਟ ਹੁੰਦਾ। ਬਿਲਕੁਲ ਕਰਮਜੀਤ ਜੀ, ਅਸਲ ਦੇ ਵਿੱਚ ਜਿਹੜੇ ਮਾਲਵਾ ਖੇਤਰ ਨਾਲ ਸੰਬੰਧਿਤ ਸੱਜਣ ਆ ਉਹ ਜ਼ਰੂਰ ਜਾਣਦੇ ਹੋਣਗੇ ਕਿ ਮੀਨੀਆਂ ਕਿੱਥੇ ਆ। ਹਾਂਜੀ। ਤੁਸੀਂ ਆਪਣੇ ਪਿੰਡ ਬਾਰੇ, ਆਪਣੇ ਪਿੰਡ ਦਾ ਜ਼ਿਕਰ ਕਰਨਾ ਹੋਵੇ, ਕਿਹੜੇ ਢੰਗ ਨਾਲ ਪਰਿਭਾਸ਼ਿਤ ਕਰੋਗੇ ਆਪਦੇ ਪਿੰਡ ਨੂੰ ਕਿ ਪਿੰਡ ਕਿੱਥੇ ਕੁ ਪੈਂਦਾ, ਕਿਵੇਂ ਦੱਸੋਗੇ ਤੁਸੀਂ? ਹਾਂਜੀ, ਮੈਂ ਅਗਰ ਸਿੱਧਾ ਉਸਦਾ ਕਿਸੇ ਨੂੰ ਸਵਾਲ ਕਰਦਾ ਤੇ ਇਹੀ ਹੁੰਦਾ ਜੀ ਮੋਗੇ ਤੋਂ ਬਰਨਾਲਾ ਰੋਡ ਤੇ ਮੇਰਾ ਪਿੰਡ ਆਮੀਨੀਆ। ਹਾਂਜੀ, ਤੇ ਹਟਮਾ ਮੋਗੇ ਤੋਂ ਬਰਨਾਲਾ ਰੋਡ ਤੇ ਗੋਡੇ ਪਿੰਡ ਤੋਂ ਆਫ ਕਰੋਗੇ ਤਾਂ ਮੀਨੀਆ ਤੁਸੀਂ ਜਾ ਸਕਦੇ ਹੋ। ਪਰ ਸਭ ਤੋਂ ਜ਼ਿਆਦਾ ਜਾਣ ਪਹਿਚਾਣ ਜਿਹੜੀ ਹੈਗੀ ਆ ਉਹ ਹਰ ਇੱਕ ਪਿੰਡ ਦੀ ਉੱਥੋਂ ਦੀਆਂ ਨਾਮੀ ਹਸਤੀਆਂ ਦੇ ਨਾਲ ਹੁੰਦੀ ਹੈ। ਤੇ ਸਾਡੇ ਪਿੰਡ ਦੇ ਵਿੱਚ ਵੀ ਬਹੁਤ ਸਾਰੀਆਂ ਨਾਮੀ ਹਸਤੀਆਂ ਰਹੀਆਂ ਨੇ, ਤੇ ਸਾਨੂੰ ਮਾਣ ਆ ਸਾਰਿਆਂ ਤੇ। ਤੇ ਸਭ ਤੋਂ ਜ਼ਿਆਦਾ ਮੈਨੂੰ ਮਾਣ ਆ ਸਾਡੇ ਪਿੰਡ ਦੇ ਬਜ਼ੁਰਗ ਸਨ ਸਰਦਾਰ ਪਾਲਾ ਸਿੰਘ, ਜਿਨ੍ਹਾਂ ਦੇ ਜਿਹੜੇ ਮਹਾਦਾਨੀ ਹੈਗੇ, ਉਹਨਾਂ ਨੇ ਸਕੂਲ ਦੇ ਨਾਮੇ ਸਾਰੀ ਜ਼ਮੀਨ ਆਪਣੀ ਕੀਤੀ ਆ, ਤੇ ਉਹਦਾ ਕਰਕੇ ਮਾਣ ਹੈ। ਹੋਰ ਵੀ ਬਹੁਤ ਸਾਰੀਆਂ ਸਾਡੇ ਪਿੰਡ ਦੀਆਂ ਸ਼ਖਸੀਅਤਾਂ ਨੇ, ਪਰ ਫਿਰ ਵੀ ਜਦੋਂ ਲਾਗਲੇ ਚਾਚੇ ਤਾਏ ਦੇ ਪੁੱਤ ਵੀ ਕਹਿੰਦੇ ਨਾ ਵੀ ਹੁਣ ਉਹਨਾਂ ਨੇ ਨਾਮ ਆਣਾ ਖੱਟਿਆ ਹੋਵੇ, ਤੇ ਉਹਨਾਂ ਦਾ ਕਰਕੇ ਵੀ ਤੁਹਾਨੂੰ ਮਾਣ ਮਿਲਦਾ, ਤੁਹਾਨੂੰ ਵੀ ਮਾਣ ਮਿਲਦਾ, ਉਹਨਾਂ ਨੂੰ ਜਾਣ ਪਹਿਚਾਣ ਵੱਧਦੀ ਹੈਗੀ ਆ। ਤੇ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਹੈਗਾ ਕਿ ਸਾਡੇ ਨਾਲ ਦੇ ਪਿੰਡ ਕੁੱਸਾ, ਉੱਥੋਂ ਦੇ ਪ੍ਰਸਿੱਧ ਨਾਵਲਕਾਰ ਬਾਈ ਜੀ ਸਿਵ ਚਰਨਜੀਤ ਜੱਗੀ ਕੁੱਸਾ, ਹਰ ਇੱਕ ਬੰਦੇ ਨੇ ਉਹਨਾਂ ਦੇ ਨਾਵਲ ਪੜ੍ਹੇ ਨੇ, ਹਰ ਇੱਕ ਬੰਦੇ ਨੇ ਉਹਨਾਂ ਦੇ ਲਿਖੇ ਹੋਏ ਗੀਤ ਵੀ ਸੁਣੇ ਆ, ਉਹਨਾਂ ਦੇ ਫਿਲਮਾਂ ਦੇ ਵਿੱਚ ਆਏ ਹੋਏ ਡਾਇਲੋਗ ਵੀ ਸੁਣੇ ਆ ਉਹਨਾਂ ਦੇ ਲਿਖੇ ਹੋਏ। ਸੋ ਉਹਨਾਂ ਦਾ ਕਰਕੇ ਵੀ ਸਾਡੇ ਪਿੰਡ ਨੂੰ ਜਾਣਿਆ ਜਾਂਦਾ। ਮੰਨ ਲਓ ਵੀ ਤੁਸੀਂ ਕੁੱਸੇ ਨਾਲ ਸਾਂਝ ਜੋੜਦੇ ਹੋ, ਤੇ ਓਮ ਪ੍ਰਕਾਸ਼ ਕੁੱਸਾ ਕੁੱਸਾ ਜੀ, ਕਰਮਜੀਤ ਕੁੱਸਾ, ਤੇ ਦੂਜੀ ਗੱਲ ਮੈਂ ਤੁਹਾਡੇ ਇੱਕ ਹੋਰ ਕਿ ਸ਼ਾਇਦ ਧਿਆਨ ਚ ਹੋਵੇ ਕਿ ਗੁਰਬਖਸ਼ ਸਿੰਘ ਅਲਬੇਲਾ ਢਾਡੀ ਜੱਗ ਦੇ ਵਿੱਚ ਵੱਡਾ ਨਾਂ, ਉਹਨਾਂ ਦੀ ਜਨਮ ਭੂਮੀ ਵੀ ਕੁੱਸਾ। ਹਾਂਜੀ ਬਿਲਕੁਲ, ਤੇ ਉਹਨਾਂ ਦਾ ਕਰਕੇ ਫਿਰ ਸਾਡੇ ਨਾਲ ਦੇ ਪਿੰਡ ਚੱਕਰ, ਉੱਥੋਂ ਦੇ ਵੀ ਬਹੁਤ ਜ਼ਿਆਦਾ ਖਿਡਾਰੀ ਵੀ ਰਹੇ ਆ, ਔਰ ਮੇਰੇ ਹੈੱਡ ਮਾਸਟਰ ਉੱਥੋਂ ਦੇ ਸਨ ਸਰਦਾਰ ਗੁਰਦੇਵ ਸਿੰਘ ਜੀ, ਤੇ ਸਾਡੇ ਟੀਚਰ ਰਹੇ ਆ ਉਹ। ਤੇ ਇਸ ਤੋਂ ਬਾਅਦ ਫਿਰ ਦੋਧਰ ਪਿੰਡ, ਉਹ ਵੀ ਲੋਕ ਬੋਲੀਆਂ ਜ਼ਿਕਰ ਹੁੰਦਾ ਧੰਨਪੁਰ ਦੋਧਰ ਦੀ, ਜਾਂ ਬਿਲਕੁਲ ਬਿਲਕੁਲ 11ਵੀਂ ਵਾਲੇ ਸੰਤਾਂ ਦਾ ਉੱਥੇ ਵੱਡਾ ਡੇਰਾ। ਹਾਂਜੀ, ਜਾਂ ਜਿਹੜੇ ਆਪਣੇ ਮੈਨੂੰ ਲੱਗਦਾ ਕਿ ਜਿਹੜੇ ਸੂਰਦਾਸ ਸਿੰਘ ਆ ਉਹਨਾਂ ਦਾ ਵੀ ਵੱਡਾ ਡੇਰਾ। ਬਿਲਕੁਲ ਬਿਲਕੁਲ, ਤੇ ਪਲੱਸ ਬਿਲਕੁਲ ਨਾਲ ਸਾਡੇ ਪਿੰਡ ਲੋਕੋ ਆ, ਉੱਥੋਂ ਦੇ ਨਗਰੀ ਜਿਹੜੀ ਹੈਗੀ ਆ ਉਹ ਭਗਤਾਂ ਦੀ ਨਗਰੀ ਮੰਨਿਆ ਜਾਂਦਾ ਹੈਗਾ, ਤੇ ਉੱਥੇ ਵੀ ਬਹੁਤ ਸਾਰੇ ਸਾਧੂ ਸੰਤ ਫਕੀਰ ਹੋਏ ਨੇ, ਤੇ ਮੈਂ ਸਾਰਿਆਂ ਦੇ ਨਾਮ ਲਊਂਗਾ ਤਾਂ ਥੋੜਾ ਟਾਈਮ। ਇਹ ਤਾਂ ਫਿਰ ਉਹ ਗੱਲ ਹੋ ਗਈ ਕਿ ਜਿਵੇਂ ਵੱਖੋ ਵੱਖਰੇ ਤੀਲਿਆਂ ਦੇ ਨਾਲ ਬੁਣੇ ਹੋਏ ਆਲੇ ਦੇ ਵਿੱਚ ਆਂਡਿਆਂ ਵਜੋਂ ਮੀਨੀਆਂ ਪਿੰਡ ਪਿਆ ਹੋਵੇ। ਹਾਂਜੀ, ਤੇ ਉਸ ਤਰ੍ਹਾਂ ਦਾ। ਹਾਂਜੀ, ਇੱਕ ਢੁੱਡੀ ਕੇ ਪਿੰਡ ਸਾਡਾ, ਉਹ ਬਿਲਕੁਲ ਸਾਡੇ ਪਿੰਡਾਂ ਦੇ ਨਾਲ ਆ, ਤੇ ਉੱਥੋਂ ਦੇ ਵੀ ਨਾਵਲਕਾਰ ਜਸਵੰਤ ਕਮਲ ਜੀ ਉਹਨਾਂ ਦੇ ਵੀ ਨਾਵਲ ਹਰ ਇੱਕ ਬੰਦੇ ਨੇ ਪੜ੍ਹੇ ਆ। ਸੋ ਏਦਾਂ ਦੀਆਂ ਮਹਾਨ ਸ਼ਖਸੀਅਤਾਂ ਸਾਡੇ ਗੁਆਂਢੀ ਪਿੰਡ ਤੋਂ ਨੇ, ਤੇ ਉਹਨਾਂ ਦਾ ਕਰਕੇ ਵੀ ਜਿਹੜਾ ਹੈਗਾ ਸਾਡਾ ਪਿੰਡ ਜਾਣਿਆ ਜਾਂਦਾ ਹੈਗਾ। ਤੁਸੀਂ ਕਿਸੇ ਨੇ ਦੇਖਣਾ ਹੋਵੇ ਇਤਿਹਾਸ ਦੇ ਵਿੱਚੋਂ ਵੀ ਪੜ੍ਹਨਾ ਹੋਵੇ, ਤੇ ਫਿਰ ਮਹਿਤਿਆਣਾ ਸਾਹਿਬ ਬਹੁਤ ਮਸ਼ਹੂਰ ਹੈ, ਤੇ ਉਹਦੇ ਲਾਗੇ ਸਾਡਾ ਪਿੰਡ ਆ। ਸੋ ਪਿੰਡ ਦੀ
ਹਰ ਚੀਜ਼ ਜਿਹੜੀ ਹੈਗੀ ਆ ਉਹ ਜੀ ਬਾਖੂਬੀ ਚਿਤਰਨ ਕੀਤਾ ਤੇ ਨਾਲ ਹੀ ਹੁਣ ਆਪਾਂ ਗੱਲ ਦੁਬਾਰਾ ਫਿਰ ਦੂਜੇ ਪਾਸੇ ਮੁੜੀਏ ਕਿ ਅਕਸਰ ਹੀ ਗਾਇਕਾਂ ਵੱਲੋਂ ਰਟਿਆ ਰਟਾਇਆ ਜਵਾਬ ਇਹ ਮਿਲਦਾ ਕਿ ਮੈਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਹਾਂਜੀ ਤੁਹਾਡਾ ਸੰਗੀਤ ਜਾਂ ਗਾਉਣ ਪਾਣੀ ਨਾਲ ਜਿਹੜਾ ਵਾਹ ਉਹ ਕਿਵੇਂ ਪਿਆ ਐਕਚੁਅਲੀ ਮਨਦੀਪ ਜੀ ਬਚਪਨ ਤੋਂ ਜਿਹੜਾ ਸ਼ੌਂਕ ਆ ਉਹ ਤਕਰੀਬਨ ਸਾਰਿਆਂ ਦਾ ਜਵਾਬ ਹੁੰਦਾ ਹੀ ਆ ਤੇ ਜਦੋਂ ਤੁਸੀਂ ਸਕੂਲ ਜਾਂਦੇ ਹੋ ਨਾ ਤੇ ਸਕੂਲ ਜਾਂਦੇ ਹੋ ਤੇ ਫਿਰ ਉੱਥੇ ਟੀਚਰ ਤੁਹਾਨੂੰ ਪਹਿਚਾਣ ਲੈਂਦੇ ਆ ਵੀ ਇਹ ਬੰਦਾ ਕਿੰਨੇ ਕੁ ਪਾਣੀ ਨੇ ਚਾਹੇ ਇਹਨੇ ਕਰਨਾ ਕੀ ਆ ਕਿਹੜੇ ਪਾਸੇ ਨੂੰ ਆ ਸਕਦਾ ਹੈਗਾ ਤੇ ਮੈਨੂੰ ਤਕਰੀਬਨ ਸਕੂਲ ਦੇ ਵਿੱਚ ਉਹਨਾਂ ਨੇ ਪਹਿਚਾਣ ਲਿਆ ਸੀਗਾ ਸਾਡੇ ਟੀਚਰਾਂ ਨੇ ਤੇ ਸਭ ਤੋਂ ਪਹਿਲਾਂ ਸਾਡੇ ਦੋਧਕ ਮੈਡਮ ਸਨ ਸਾਨੂੰ ਸਾਇੰਸ ਪੜ੍ਹਾਉਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਜਿਹੜਾ ਸ਼ੁਰੂਆਤ ਕਰਵਾਈ ਮੇਰੀ ਗਾਇਕੀ ਦੀ ਛੇਵੀਂ ਕਲਾਸ ਦੇ ਵਿੱਚ ਹੀ ਤੇ ਪਰ ਇਸ ਤੋਂ ਵੀ ਪਿੱਛੇ ਜਾਈਏ ਇਹ ਖੂਨ ਦੇ ਵਿੱਚ ਵੀ ਆਇਆ ਜਿਹੜਾ ਗਾਇਕੀ ਦਾ ਕੀ ਕਹਿੰਦੇ ਆ ਕੀੜਾ ਜਿਹਨੂੰ ਕਹਿ ਸਕਦੇ ਹਾਂ ਤੇ ਪੁਰਾਣੇ ਜਿਹੜਾ ਗਾਇਕੀ ਹੁੰਦੀ ਸੀਗੀ ਢੱਡ ਸਰੰਗੀਆਂ ਦੇ ਨਾਲ ਗਾਉਣ ਵਾਲੀ ਮੇਰੇ ਦਾਦਾ ਜੀ ਬਹੁਤ ਮਸ਼ਹੂਰ ਸਰੰਗੀ ਮਾਸਟਰ ਸੀਗੇ ਗਾਉਂਦੇ ਸੀ ਮੇਨ ਉਹ ਜਦੋਂ ਬਿਨਾਂ ਸਪੀਕਰ ਹੁੰਦੇ ਸੀ ਹਾਂਜੀ ਉਦੋਂ ਗਾਉਂਦੇ ਹੁੰਦੇ ਸੀਗੇ ਤੇ ਸੋ ਉਹ ਵਿਰਾਸਤ ਦੇ ਵਿੱਚ ਜਿਹੜੀ ਆ ਉਹ ਗਾਇਕੀ ਮਿਲੀ ਆ ਸੋ ਦਾਦਾ ਜੀ ਬੜੇ ਅੱਛੇ ਢਾਡੀ ਮੰਨੇ ਗਏ ਆ ਇਲਾਕੇ ਦੇ ਵਿੱਚ ਤੇ ਉਹਨਾਂ ਦਾ ਨਾਂ ਸੀਗਾ ਸਰਦਾਰ ਚੇਤ ਸਿੰਘ ਹਾਂਜੀ ਸੋ ਉਹ ਢੱਡ ਸਰੰਗੀ ਦੇ ਨਾਲ ਗਾਉਂਦੇ ਹੁੰਦੇ ਸੀ ਤੇ ਉੱਥੋਂ ਲਗਨ ਲੱਗੀ ਜਿਹੜੀ ਆਪਣੇ ਗਾਇਕੀ ਦੀ ਜਾਣੀ ਕਿ ਖੂਨ ਦੇ ਵਿੱਚ ਉਹ ਆਈ ਆ ਤੇ ਉਹਨਾਂ ਨੂੰ ਮੈਂ ਦੇਖਿਆ ਨਹੀਂ ਅੱਛਾ ਜੀ ਉਹਨਾਂ ਨੂੰ ਮੈਂ ਦੇਖਿਆ ਨਹੀਂ ਗਿਆ ਕਿਉਂਕਿ ਉਹ ਤਾਂ ਮੇਰੇ ਡੈਡੀ ਜੀ ਵੀ ਦੱਸਦੇ ਹੁੰਦੇ ਆ ਵੀ ਉਹ ਬਹੁਤ ਯੰਗ ਸੀ ਜਦੋਂ ਉਹਨਾਂ ਦੀ ਡੈਥ ਹੋਈ ਆ ਪਰ ਉਹਨਾਂ ਦੀ ਸਰੰਗੀ ਜਿਹੜੀ ਆ ਉਹ ਉਹਨਾਂ ਨੇ ਸਾਂਭ ਕੇ ਰੱਖੀ ਫਿਰ ਇਸ ਤੋਂ ਬਾਅਦ ਉਹ ਆਪ ਮੇਰੇ ਡੈਡੀ ਤਾਂ ਨਹੀਂ ਗਾਇਕੀ ਵਾਲੇ ਪਾਸੇ ਨੂੰ ਆਏ ਜਾਂ ਉਹਨਾਂ ਨੇ ਨਹੀਂ ਸਿੱਖਿਆ ਪਰ ਉਹ ਸਰੰਗੀ ਜਿਹੜੀ ਪਈ ਰਹੀ ਇਸ ਤੋਂ ਬਾਅਦ ਜਦੋਂ ਮੈਂ ਉਹਦੇ ਨਾਲ ਖੇਡਿਆ ਤੇ ਉਹਦੇ ਵਿੱਚ ਮਿੱਟੀ ਪਾ ਕੇ ਇੱਧਰ ਉੱਧਰ ਖਿੱਚਣਾ ਤੇ ਆਪਣੇ ਲੱਕੜ ਦੀ ਟਰਾਲੀ ਜਾਂ ਟਰੈਕਟਰ ਬਣਾ ਕੇ ਖੇਡਦੇ ਹੁੰਦੇ ਸੀ ਉਹਦੇ ਨਾਲ ਯਾਨੀ ਕਿ ਉਦੋਂ ਗਿਆਨ ਹੀ ਨਹੀਂ ਸੀ ਕਿ ਸਾਜ਼ ਕੀ ਆ ਬਿਲਕੁਲ ਬਿਲਕੁਲ ਗਿਆਨ ਨਹੀਂ ਸੀਗਾ ਤੇ ਹੁਣ ਜਿਹੜਾ ਹੈਗਾ ਉਹ ਥੋੜਾ ਮਨ ਨੂੰ ਹੁੰਦਾ ਵੀ ਸ਼ਾਇਦ ਉਹ ਚੀਜ਼ਾਂ ਸਾਂਭ ਕੇ ਰੱਖੀਆਂ ਹੁੰਦੀਆਂ ਤੇ ਕੁਛ ਗੱਲ ਹੋਰ ਹੋਣੀ ਸੀ ਹਾਂਜੀ ਜੀ ਜਿਹੜੇ ਆਮ ਹੀ ਬਹੁਤ ਦੇਖਿਆ ਕਿ ਜਿਹੜੇ ਗਾਇਕ ਦੋਸਤ ਆ ਉਹਨਾਂ ਨਾਲ ਰਾਬਤਾ ਰਹਿੰਦਾ ਬਹੁਤ ਸਾਰੇ ਦੋਸਤ ਇਹੋ ਜਿਹੇ ਜਿਹੜੇ ਗਾ ਬਹੁਤ ਸੋਹਣਾ ਲੈਂਦੇ ਆ ਪਰ ਉਹਨਾਂ ਨੇ ਕੋਈ ਸਾਜ਼ ਨਹੀਂ ਸਿੱਖਿਆ ਹੁੰਦਾ ਹਾਂਜੀ ਤੁਸੀਂ ਤੁਹਾਡਾ ਘਰ ਦੇ ਵਿੱਚ ਵੀ ਚਲੋ ਸਾਜ਼ ਰਿਹਾ ਜਿਹੜਾ ਬੰਦਾ ਸ਼ੁਰੂ ਤੋਂ ਸਾਜ਼ਾਂ ਦੇ ਨਾਲ ਖੇਡਦਾ ਵੀ ਰਿਹਾ ਘੱਟੋ ਘੱਟ ਚਲੋ ਉਹ ਬਚਪਨ ਸੀ ਹਾਂਜੀ ਮੈਨੂੰ ਲੱਗਦਾ ਕਿ ਲਗਾ ਰਹਿੰਦਾ ਕਿਸੇ ਨਾ ਕਿਸੇ ਤਾਂ ਤੁਸੀਂ ਕਿਹੜੇ ਕਿਹੜੇ ਸਾਜ਼ ਸਿੱਖੇ ਜਾਂ ਕਿਹੜੇ ਕਿਹੜੇ ਉਸਤਾਦਾਂ ਤੋਂ ਸਿੱਖਿਆ ਕੁਛ ਸਾਂਝਾ ਕਰੋਗੇ ਮੈਂ ਸਾਜ਼ ਤਕਰੀਬਨ ਮਨਦੀਪ ਜੀ ਸਾਰਿਆਂ ਨਾਲ ਹੀ ਪੰਗਾ ਲਿਆ ਕਿਉਂਕਿ ਕੋਈ ਵੀ ਚੀਜ਼ ਅੱਜ ਕੱਲ ਜਿਹੜੀ ਹੈਗੀ ਆ ਔਖੀ ਨੀ ਤੁਹਾਨੂੰ ਸਿੱਖਣੀ ਤੁਸੀਂ ਪੰਗੇ ਹੱਥੇ ਮਨ ਜਿਹੜਾ ਬਣਾ ਲੈਣਾ ਚਾਹੀਦਾ ਜਦੋਂ ਤੁਸੀਂ ਮਨ ਬਣਾ ਲੈਣਾ ਵੀ ਆਹ ਚੀਜ਼ ਵਜਾਉਣੀ ਆ ਤੇ ਤੁਸੀਂ ਹਰ ਹਾਲਤ ਉਹਨੂੰ ਸਿੱਖ ਲੈਂਦੇ ਹੋ ਤੇ ਬੰਦਾ ਹਰ ਵਕਤ ਸਿੱਖਦਾ ਰਹਿੰਦਾ ਹੈਗਾ ਠੀਕ ਨੀ ਤੇ ਗਾਇਕੀ ਵਾਸਤੇ ਇਹ ਜ਼ਰੂਰੀ ਵੀ ਆ ਵੀ ਤੁਹਾਨੂੰ ਹਾਰਮੋਨੀਅਮ ਤਰਲਾ ਇਹਦੀ ਰਿਦਮ ਦੀ ਜਿਹੜੀ ਹੈਗੀ ਆ ਉਹ ਜਾਣਕਾਰੀ ਸੁਰਤਾਲ ਚੋਂ ਹਾਂ ਸੁਰਤਾਲ ਦੇ ਵਿੱਚ ਹੋਣਾ ਚਾਹੀਦਾ ਜ਼ਰੂਰੀ ਆ ਤੇ ਮੈਨੂੰ ਮਾਣ ਆ ਮੇਰੇ ਸਤਿਕਾਰਯੋਗ ਮਾਸਰ ਜੀ ਆ ਨਾਹਰ ਸਿੰਘ ਹਾਂਜੀ ਨਾਹਰ ਸਿੰਘ ਬੇਲੀ ਦੂਸਰਾ ਬੇਲੀ ਉਹਨਾਂ ਨੂੰ ਕਿਹਾ ਗਿਆ ਗੁਰਮੀਤ ਬਾਵਾ ਦੇ ਨਾਲ ਬੇਲੀ ਇੱਕ ਅਲਗੋਜੇ ਅਲਗੋਜਾ ਮਾਸਟਰ ਸੋ ਨਾਹਰ ਸਿੰਘ ਜੀ ਮੇਰੇ ਮਾਸਟਰ ਜੀ ਉਹ ਅਲਗੋਜਾ ਮਾਸਟਰ ਸੀ ਪੰਜਾਬ ਦੇ ਦੂਸਰੇ ਬੇਲੀ ਮੰਨਿਆ ਗਿਆ ਉਹਨਾਂ ਨੂੰ ਤੇ ਉਹ ਗਾਉਂਦੇ ਹੁੰਦੇ ਸੀਗੇ ਤੂੰਬੀ ਢੋਲਕੀ ਦੇ ਨਾਲ ਤੇ ਮੈਂ ਜਦੋਂ 10ਵੀਂ ਦੇ ਵਿੱਚ ਪੜ੍ਹਦਾ ਸੀਗਾ ਜਾਂ 8ਵੀਂ 9ਵੀਂ ਚ ਪੜ੍ਹਦਾ ਹੁੰਦਾ ਸੀ ਤੇ ਉਦੋਂ ਜਦੋਂ ਵੀ ਛੁੱਟੀਆਂ ਮਿਲਣੀਆਂ ਉਦੋਂ ਉਹਨਾਂ ਦੇ ਨਾਲ ਜਾ ਕੇ ਗਾਉਣਾ ਸ਼ੁਰੂ ਕਰ ਦੇਣਾ ਤੇ ਉਦੋਂ ਹੀ ਫਿਰ ਮੈਂ ਹਰ ਸਾਜ਼ ਦੇ ਨਾਲ ਪੰਗਾ ਲੈਣਾ ਸ਼ੁਰੂ ਕਰ ਦਿੱਤਾ ਚਾਹੇ ਤੂੰਬੀ ਆ ਚਾਹੇ ਉਹ ਢੋਲਕਾ ਚਾਹੇ ਉਹ ਬਾਜਾ ਉਹਨਾਂ ਤੋਂ ਸ਼ੁਰੂਆਤ ਜਿਹੜੀ ਇਹ ਹੋਈ ਆ ਮੇਰੀ ਸਿੱਖਣ ਦੀ ਤੇ ਨਾਲ ਉਹਨਾਂ ਦੇ ਜਿਹੜੇ ਮੇਨ ਗਾਇਕ ਸਨ ਜਿਹੜੇ ਗਾਉਂਦੇ ਹੁੰਦੇ ਸੀਗੇ ਉਹ ਸੀ ਬਲਵੀਰ ਸਿੰਘ ਜੀ ਸੱਜਾਵਾਲ ਵਾਲੇ ਅੱਛਾ ਤੇ ਬਲਵੀਰ ਸਿੰਘ ਚੰਕ ਦੇ ਨਾਂ ਦੇ ਨਾਲ ਉਹ ਨਹੀਂ ਤੂੰਬੀ ਬੜੀ ਅੱਛੀ ਵਜਾਉਂਦੇ ਆ ਗਾਇਕ ਬੜੇ ਅੱਛੇ ਰਹੇ ਆਪਣੇ ਜਲੰਧਰ ਦੂਰਦਰਸ਼ਨ ਟੀਵੀ ਸਿੰਗਰ ਰਹੇ ਆ ਉਹ ਔਰ ਰੇਡੀਓ ਤੇ ਬਹੁਤ ਸਾਰੇ ਉਹਨਾਂ ਦੇ ਗੀਤ ਆਏ ਤੇ ਉਹਨਾਂ ਤੋਂ ਮੇਰੀ ਸ਼ੁਰੂਆਤ ਹੋਈ ਆ ਸਾਜ਼ ਸਿੱਖਣ ਦੀ ਵੀ ਗਾਉਣ ਦੀ ਵੀ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਢੱਡ ਵਜਾ ਲੈਂਦੇ ਹੋ ਤੁਸੀਂ ਹਾਂਜੀ ਕਿਉਂਕਿ ਢੱਡ ਦੀ ਬਣ ਗਈ ਹੋਈ ਛੋਟੀ ਜੀ ਬਿਲਕੁਲ ਬਿਲਕੁਲ ਢੱਡ ਜਿਹੜੀ ਆ ਉਹ ਸਿੱਖਣੀ ਬਹੁਤ ਜ਼ਰੂਰੀ ਆ ਕਿਉਂਕਿ ਬਲਵੀਰ ਸਿੰਘ ਜੀ ਹੋਣਾਂ ਤੋਂ ਬਾਅਦ ਫਿਰ ਅਸੀਂ ਸਿੱਖਣਾ ਜਿਹੜਾ ਹੈਗਾ ਉਹ ਸੋਚਿਆ ਕਿ ਵੀ ਢੱਡ ਸਰੰਗੀ ਵੀ ਸਿੱਖੀ ਜਾਵੇ ਹੈ ਤੇ ਉਹਦੇ ਵਾਸਤੇ ਫਿਰ ਮੈਂ ਬਕਾਇਦਾ ਸਰੰਗੀ ਸਿੱਖਣ ਵਾਸਤੇ ਸਾਡੇ ਲਾਗੇ ਪਿੰਡ ਹੈਗਾ ਲੱਖਾ ਉੱਥੋਂ ਦੇ ਨੇ ਸਰਦਾਰ ਬਲਵੀਰ ਸਿੰਘ ਜੀ ਬੜੇ ਅੱਛੇ ਸਰੰਗੀ ਮਾਸਟਰ ਨੇ ਤੇ ਉਹਨਾਂ ਕੋਲੋਂ ਮੈਂ ਬਕਾਇਦਾ ਸਿੱਖਣਾ ਸ਼ੁਰੂ ਕੀਤਾ ਗੁਰਧਾਰ ਜਿੰਨੀ ਫੁਰਤੀ ਦੇ ਨਾਲ ਤੁਸੀਂ ਢੱਡ ਚੱਕੀ ਆ ਮੈਨੂੰ ਲੱਗਦਾ ਕਿ ਤੁਸੀਂ ਸਿਰਹਾਣੇ ਰੱਖ ਕੇ ਸੌਂਦੇ ਹੋ ਬਿਲਕੁਲ ਸੋ ਸਰੰਗੀ ਸਿੱਖਣ ਤੋਂ ਪਹਿਲਾਂ ਤੁਹਾਨੂੰ ਢੱਡ ਦੇ ਜਿਹੜੇ ਹੈਗੇ ਆ ਉਹ ਤਾਲ ਬੋਲ ਜਿਹੜੇ ਹੈਗੇ ਆ ਜ਼ਰੂਰ ਆਉਣੇ ਚਾਹੀਦੇ ਆ ਸੋ ਉਹ ਮੈਂ
फिर क्योंकि ढड सरंगी तकरीबन धार्मिक ही गाया जाता ਤੇ ਮੈਂ ਮੇਰਾ ਆਪਣਾ ਲਿਖਿਆ ਹੋਇਆ ਇੱਕ ਧਾਰਮਿਕ ਗੀਤ ਆ ਤੇ ਉਹ ਸ਼ੇਅਰ ਕਰੂੰਗਾ ਸਿਰਫ ਦੋ ਬੋਲ ਕਿਉਂਕਿ ਸਮੇਂ ਸਮੇਂ ਸਿਰ ਸਿੱਖ ਕੌਮ ਨੂੰ ਬਹੁਤ ਸਾਰੀਆਂ ਮਾਰਾਂ ਪਈਆਂ ਤੇ ਉਹਨਾਂ ਦੇ ਵਿੱਚੋਂ ਸਿੱਖ ਕੌਮ ਜਿਹੜੀ ਹੈ ਉੱਭਰ ਕੇ ਬਾਹਰ ਆਉਂਦੀ ਰਹੀ ਹੈ ਤੇ ਉਹ ਬਹੁਤ ਸਾਰੀਆਂ ਭੀੜਾਂ ਨੇ ਇਸ ਗੀਤ ਦੇ ਵਿੱਚ ਮੈਂ ਕੀਤੀਆਂ ਪਰ ਦੋ ਬੋਲ ਸੁਣਾਉਣ ਦੀ ਕੋਸ਼ਿਸ਼ ਕੀਤੀ ਹੋ ਸ਼ਰਮ ਕਰੋ ਕੁਝ ਜਾਲ ਮੋਹ ਸਿੰਘ ਨੀ ਮੁਕਾਇਆ ਤੋਥੋਂ ਮੁੱਕਣੇ शर्म करो ए कुछ जाल मोहो सिंह नी मुकाया तो मुकने मनू साड़ी बनी दात्री असी मनू दे सोए ओसे दात्री दे दंदियां चों असी दूने चोने होए ओसे दात्री दे दंदियां चों असी दूने चोने होए ਅੱਗ ਨੂੰ ਬੁਝਾਉਂਦੇ ਸਾਰੇ ਥੱਕ ਗਏ ਅੱਗ ਨੂੰ ਬੁਝਾਉਂਦੇ ਸਾਰੇ ਥੱਕ ਗਏ ਬਣ ਅੰਗਿਆਰ ਲੱਗੇ ਤੁਖਣੇ ਸਾਰਿਆਂ ਕਰੋ ਕੁਝ ਜਾਲ ਮੋਹ ਸਿੰਗਰੀ ਮੁਕਾਇਆ ਤੁਥ ਮੁੱਕਣੇ ਸ਼ਰਮ ਕਰੋ ਕੁਝ ਜਾਲ ਮੋਹ ਸਿੰਗਰੀ ਮੁਕਾਇਆ ਤੁਥ ਮੁੱਕਣੇ ਕਰਮਜੀਤ ਜੀ ਹੁਣ ਤੱਕ ਕਿੰਨੇ ਕੁ ਗੀਤ ਰਿਕਾਰਡ ਕਰਕੇ ਸ਼ਰੋਤਿਆਂ ਦੀ ਦਰਸ਼ਕਾਂ ਦੀ ਝੋਲੀ ਚ ਪਾ ਚੁੱਕੇ ਹੋ ਭਾਜੀ ਮੈਂ ਇੰਡੀਆ ਦੇ ਵਿੱਚ ਕੋਈ ਗੀਤ ਰਿਕਾਰਡ ਨਹੀਂ ਕਰਵਾਇਆ ਸੀਗਾ ਉਹ ਤਾਂ ਸਿਰਫ ਸਿੱਖਦੇ ਰਹੇ ਹਰ ਇੱਕ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਜਿਹਨਾਂ ਦੇ ਵਿੱਚ ਜਗਰਾਤਿਆਂ ਤੇ ਵੀ ਜਾਂਦੇ ਰਹੇ ਕਲਾਕਾਰਾਂ ਦੇ ਨਾਲ ਤੇ ਸਾਡੇ ਨਾਲ ਬਹੁਤ ਹੀ ਸੀਨੀਅਰ ਗਾਇਕਾ ਹੁੰਦੇ ਸੀ ਬਲਜੀਤ ਬਬਲੀ ਤੇ ਉਹਨਾਂ ਦੇ ਤੋਂ ਸਿੱਖਣ ਦਾ ਵੀ ਮੌਕਾ ਮਿਲਿਆ ਹੈਗਾ ਗਾਣੇ ਜਿਹੜੇ ਇੱਥੇ ਰਿਕਾਰਡ ਕਰਵਾਏ ਉਹ ਕਿਹੜੇ ਕਿਹੜੇ ਤੁਹਾਡੇ ਹਾਂਜੀ ਉਂਗਲਾਂ ਦੇ ਕੁੱਟਿਆਂ ਦੇ ਹਾਂ ਮੈਂ ਮਾਫੀ ਚਾਹੁੰਗਾ ਥੋੜਾ ਮੈਂ ਪਿੱਛੇ ਚੱਲ ਗਿਆ ਸੀਗਾ ਯਾਨੀ ਕਿ ਇੰਡੀਆ ਦੇ ਵਿੱਚ ਰਿਕਾਰਡ ਕਰਾਉਣ ਦਾ ਮੌਕਾ ਨਹੀਂ ਮਿਲਿਆ 2008-09 ਦੇ ਵਿੱਚ ਮੈਂ ਆ ਕੇ ਪਹਿਲਾ ਗੀਤ ਇੱਥੇ ਕਰਵਾਇਆ ਸੀਗਾ ਉਹ ਗੀਤ ਦਾ ਨਾਂ ਸੀ ਕੁੜੀਆਂ ਹਾਂਜੀ ਜੋ ਕੁੜੀਆਂ ਨੂੰ ਅਸੀਂ ਕੁੱਖਾਂ ਦੇ ਵਿੱਚ ਮਾਰ ਦਿੰਦੇ ਹਾਂ ਉਹ ਗੀਤ ਸੀਗਾ ਉਹ ਮੈਂ ਪਹਿਲਾ ਗੀਤ ਰਿਕਾਰਡ ਕਰਵਾਇਆ ਸੀਗਾ ਜਸ ਰਿਕਾਰਡ ਕੰਪਨੀ ਦੇ ਵਿੱਚ ਇਸ ਤੋਂ ਬਾਅਦ ਦੂਸਰਾ ਗੀਤ ਤਕਰੀਬਨ ਹੋ ਗਏ ਨੇ ਉਹਨੂੰ 5 ਸਾਲ ਤੇ ਉਹ ਅਸੀਂ ਕਰਵਾ ਸੀ ਜਾਗੋ ਵਿਆਹ ਦਾ ਗੀਤ ਸੀਗਾ ਤੇ ਉਸਨੂੰ ਗੋਇਲ ਮਿਊਜ਼ਿਕ ਕੰਪਨੀ ਦੇ ਵਿੱਚ ਅਸੀਂ ਰਿਕਾਰਡ ਕੀਤਾ ਸੀਗਾ ਤੇ ਇਸ ਤੋਂ ਬਾਅਦ ਫਿਰ ਤੀਸਰਾ ਗੀਤ ਮੇਰਾ ਡਿਊਟ ਗੀਤ ਸੀਗਾ ਮੋਰਨੀ ਜੋ ਕਿ ਪੰਜਾਬ ਦੀ ਬੁਲੰਦ ਆਵਾਜ਼ ਜੋਤੀ ਗਿੱਲ ਬਹੁਤ ਅੱਛਾ ਗਾਉਂਦੇ ਆ ਬੜੇ ਵਧੀਆ ਉਹਨਾਂ ਦਾ ਅੰਦਾਜ਼ ਹੈ ਗਾਉਣ ਦਾ ਤੇ ਉਹਨਾਂ ਦੇ ਨਾਲ ਮੈਂ ਉਹ ਗੀਤ ਕੀਤਾ ਸੀ ਗਾਣਾ ਉਹ ਗੀਤ ਦਾ ਨਾਂ ਸੀ ਮੋਰਨੀ ਤੇ ਜੀਜਾ ਸਾਲੀ ਦਾ ਗੀਤ ਸੀ ਉਹ ਨੱਚਣ ਟੱਪਣ ਵਾਲਾ ਤੇ ਉਹ ਤੀਸਰਾ ਗੀਤ ਸੀ ਤੇ ਚੌਥਾ ਗੀਤ ਸੀਗਾ ਨਾਨਕ ਤੇ ਉਹ ਧਾਰਮਿਕ ਗੀਤ ਸੀਗਾ ਨਾਨਕ ਬਣਨਾ ਪਊ ਸੋ ਉਹ ਗੀਤ ਮੇਰਾ ਚੌਥਾ ਗੀਤ ਸੀ ਤੇ ਆਹ ਹੁਣ ਪੰਜਵਾਂ ਗੀਤ ਤੁਹਾਡੇ ਰੂਬਰੂ ਡੋਲੀ ਲੱਗੇ ਤੇ ਮੈਂ ਨਾਲ ਹੀ ਹੁਣ ਇੱਕ ਹੋਰ ਸਵਾਲ ਜਿਹੜਾ ਇਸ ਟਰੈਕ ਤੋਂ ਹਟ ਕੇ ਥੋੜਾ ਜਿਹਾ ਹਾਂਜੀ ਕਰਮਜੀਤ ਮੀਨੀਆ ਇੱਕ ਰੇਡੀਓ ਪੇਸ਼ਕਾਰ ਵਜੋਂ ਚੰਗਾ ਨਾਮਣਾ ਖੱਟ ਗਿਆ ਇਸ ਸੰਘਰਸ਼ ਪਿੱਛੇ ਕਿੰਨੇ ਕੁ ਲੰਮੇ ਸਾਲਾਂ ਦਾ ਜਿਹੜਾ ਕਹਿ ਲਓ ਕਿ ਸਫ਼ਰ ਆ ਤੁਹਾਡਾ ਤੇ ਇਸ ਖੇਤਰ ਨਾਲ ਜੁੜਨ ਦਾ ਸਬੱਬ ਕਿਵੇਂ ਬਣਿਆ ਐਕਚੁਲੀ ਜਦੋਂ ਮੈਂ ਸਕੋਟਲੈਂਡ ਦੇ ਵਿੱਚ ਆਇਆ ਸੀਗਾ ਹਾਂਜੀ ਤੇ ਉਦੋਂ ਰੇਡੀਓ ਤਕਰੀਬਨ ਹਰ ਜਗ੍ਹਾ ਤੇ ਤੁਸੀਂ ਜਿੱਥੇ ਵੀ ਕੰਮ ਕਰਦੇ ਹੋ ਸੁਣਿਆ ਜਾਂਦਾ ਸੀਗਾ ਤੇ ਬਹੁਤ ਜ਼ਿਆਦਾ ਚਰਚਾ ਹੁੰਦੀ ਸੀ ਤੇ ਮੇਰਾ ਇਹ ਗਾਇਕੀ ਦਾ ਸ਼ੌਂਕ ਕਰਕੇ ਪਿੱਛੇ ਇੱਦਾਂ ਮੀਡੀਆ ਦੇ ਨਾਲ ਜੁੜੇ ਹੋਣ ਕਰਕੇ ਤੇ ਮੈਨੂੰ ਸੀ ਕਿ ਮੈਂ ਵੀ ਰੇਡੀਓ ਤੇ ਕੰਮ ਕਰਾਂ ਤੇ ਪਰ ਦਿਲ ਦੇ ਵਿੱਚ ਥੋੜ੍ਹੀ ਸੀਗੀ ਧੜਕਣ ਸੀਗੀ ਵੀ ਯਾਰ ਇੰਗਲਿਸ਼ ਨਹੀਂ ਇੰਨੀ ਪ੍ਰੋਪਰ ਬੋਲ ਹੁੰਦੀ ਹੈਗੀ ਤੇ ਫਿਰ ਮੈਂ ਸੋਚਿਆ ਵੀ ਚਲੋ ਗਾਂਧੀ ਗਾਂ ਸੰਪਰਕ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਮੈਨੂੰ ਦਲਜੀਤ ਸਿੰਘ ਜੀ ਦਿਲਵਰ ਸਾਹਿਬ ਹੋਣਾ ਦਾ ਨੰਬਰ ਮਿਲਿਆ ਸੀ ਕਿਸੇ ਦੇ ਜ਼ਰੀਏ ਤੇ ਦਿਲਵਰ ਸਾਹਿਬ ਹੋਣਾ ਨੇ ਫਿਰ ਸਾਡੇ ਡਾਇਰੈਕਟਰ ਸਾਹਿਬ ਚਰਨਜੀਤ ਸਿੰਘਾ ਸਾਹਿਬ ਉਹਨਾਂ ਦਾ ਨੰਬਰ ਦਿੱਤਾ ਤੇ ਉਹਨਾਂ ਨੂੰ ਮੈਂ ਫੋਨ ਕੀਤਾ ਭਾਜੀ ਵੀ ਮੈਂ ਰੇਡੀਓ ਤੇ ਕੰਮ ਕਰਨਾ ਚਾਹੁੰਦਾ ਕਹਿੰਦੇ ਸੀ ਗੱਲ ਹੀ ਕੋਈ ਨਹੀਂ ਤੁਸੀਂ ਆਓ ਕੀ ਕਰਨਾ ਮੈਂ ਕਹਿੰਦੀ ਮੈਂ ਪੰਜਾਬੀ ਦਾ ਸ਼ੋਅ ਕਰਨਾ ਪਰ ਮੈਂ ਕਿਹਾ ਮੇਰੀ ਪ੍ਰੋਬਲਮ ਹੈਗੀ ਹੈ ਵੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਕਹਿੰਦੇ ਵੀ ਤੂੰ ਅੰਗਰੇਜ਼ੀ ਦਾ ਪ੍ਰੋਗਰਾਮ ਕਰਨਾ ਕਿ ਪੰਜਾਬੀ ਦਾ ਕਰਨਾ ਮੈਂ ਕਿਹਾ ਜੀ ਪੰਜਾਬੀ ਦਾ ਕਹਿੰਦਾ ਫਿਰ ਤੈਨੂੰ ਇੰਗਲਿਸ਼ ਦੀ ਲੋੜ ਹੀ ਕੋਈ ਨਹੀਂ ਤੇ ਵੀ ਤੂੰ ਆ ਜਾ ਤੇ ਪਰ ਇੱਕ ਗੱਲ ਹੈਗੀ ਆ ਵੀ ਤੈਨੂੰ ਪਹਿਲਾਂ ਕੋਈ ਮੈਕ ਤੇ ਬੋਲਿਆ ਏਦਾਂ ਦਾ ਕੰਮ ਕਰਿਆ ਮੈਂ ਕਿਹਾ ਹਾਂਜੀ ਵੀ ਮੈਂ ਇਕੱਲਾ ਮਹੰਤਾਂ ਦੇ ਨਾਲ ਨਹੀਂ ਗਿਆ ਬਾਕੀ ਸਾਰੇ ਕੰਮ ਕੀਤੇ ਆ
ਸੋ ਮੀਡੀਆ ਦੇ ਕਿੰਨੇ ਵਰੇ ਹੋ ਗਏ ਹੁਣ ਤੱਕ ਹੁਣ ਹੁਣ ਤਕਰੀ ਹੁਣ ਤੱਕ ਤਕਰੀਬਨ ਰੇਡੀਓ ਤੇ 2007 ਦਾ ਸ਼ੁਰੂ ਕੀਤਾ ਹੋਇਆ ਹੈਗਾ ਤੇ ਮੇਰੇ ਖਿਆਲ ਦੇ ਵਿੱਚ ਕੋਈ 12-14 ਸਾਲ ਜਿਹੜੇ 14 ਸਾਲ ਹੋ ਗਏ ਹਾਂਜੀ ਤੇ ਕਰਮਜੀਤ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨ ਦਾ ਇਰਾਦਾ ਕੀ ਕੀ ਸੋਚ ਰੱਖੀ ਆ ਸੋਚ ਮੰਦੀ ਭਾਜੀ ਰੇਡੀਓ ਦੇ ਨਾਲ ਨਾਲ ਆਪਣੇ ਚਾਹੇ ਉਹ ਅਸੀਂ ਨੱਚਣ ਟੱਪਣ ਵਾਲੇ ਗੀਤ ਕਰੀਏ ਚਾਹੇ ਅਸੀਂ ਧਾਰਮਿਕ ਗੀਤ ਕਰੀਏ ਸਮਾਜਿਕ ਗੀਤ ਕਰੀਏ ਤੇ ਅਸੀਂ ਇਹੀ ਸੋਚ ਰੱਖ ਕੇ ਚੱਲੇ ਹੈਗੇ ਕਿ ਵਧੀਆ ਕੁਛ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹਦੇ ਨਾਲ ਕੋਈ ਏਦਾਂ ਨਾ ਹੋਊਗਾ ਕਿ ਸੋ ਕੋਈ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਚੀਜ਼ ਸੁਣਨ ਵਾਲੀ ਨਾ ਹੋਵੇਗੀ ਤੇ ਉਹ ਤਾਂ ਗੱਲ ਇੱਥੇ ਵੀ ਆ ਜਾਂਦੀ ਹੈ ਕਿ ਅਸੀਂ ਅਕਸਰ ਹੀ ਕਹਿ ਦਿੰਦੇ ਹਾਂ ਕਿ ਬਹੁਤ ਹੀ ਗਈ ਥੋੜੀ ਰਹੀ ਥੋੜੀ ਵੀ ਆ ਜਾਏ ਕੁਲ ਕਲੰਕ ਹੋ ਜਾਏਗਾ ਤਾਲਮੇਲ ਭੰਗ ਨਾ ਪਾਏ ਜਦੋਂ ਬੰਦਾ ਏਡੇ ਵੱਡੇ ਮੁਕਾਮ ਤੇ ਪਹੁੰਚ ਜਾਂਦਾ ਏਡੀ ਵੱਡੀ ਕਹਿ ਲਓ ਕਿ ਹਸਤੀ ਦੇ ਤੌਰ ਤੇ ਜਾਣਿਆ ਪਛਾਣਿਆ ਜਾਂਦਾ ਤੇ ਲੋਕ ਉਹ ਤੋਂ ਕਿਸੇ ਮਾੜੀ ਗੱਲ ਦੀ ਉਮੀਦ ਵੀ ਨਹੀਂ ਰੱਖਦੇ ਤੇ ਜੇ ਕਦੇ ਪੈਰ ਵੀ ਥੜਕਦੇ ਸਨ ਤੁਹਾਡੇ ਯਾਰ ਮਿੱਤਰ ਤੁਹਾਨੂੰ ਮੋੜਨ ਵਾਲੇ ਹੁੰਦੇ ਆ ਤੇ ਅਸੀਂ ਵੋਟ ਬੈਠੇ ਹਾਂ ਤੁਹਾਡੇ ਨਾਲ ਕੋਈ ਗੱਲ ਤੁਹਾਨੂੰ ਕਿਸੇ ਰਾਹ ਤੁਰਨ ਵੀ ਨਹੀਂ ਦਿੰਦੇ ਚੰਗੇ ਰਾਹ ਹੀ ਰੱਖਾਂਗੇ ਬਿਲਕੁਲ ਤੇ ਹਾਂਜੀ ਹਾਂ ਮੈਂ ਕਹਿ ਰਿਹਾ ਸੀ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਵਧੀਆ ਵਧੀਆ ਗੀਤ ਵੀ ਲੈ ਕੇ ਆਵਾਂਗੇ ਤੇ ਪਲੱਸ ਅਸੀਂ ਪੰਜ ਦਰਿਆ ਤੁਹਾਡੇ ਮੀਡੀਆ ਦੇ ਜ਼ਰੀਏ ਪੰਜ ਦਰਿਆ ਦੀ ਪੂਰੀ ਫੁੱਲ ਟੀਮ ਦੇ ਜ਼ਰੀਏ ਪੇਜ ਰੈਕੋਰਡ ਕੰਪਨੀ ਦੇ ਜ਼ਰੀਏ ਜਿਹੜਾ ਹੈਗਾ ਉਹ ਮੇਰੇ ਗੀਤਾਂ ਤੋਂ ਇਲਾਵਾ ਹੋਰ ਵੀ ਸਾਡੇ ਸਕੋਟਲੈਂਡ ਦੇ ਵਿੱਚ ਜਾਂ ਸਕੋਟਲੈਂਡ ਤੋਂ ਬਾਹਰ ਦਾ ਕੋਈ ਵੀ ਸੱਜਣ ਟੈਲੈਂਟਡ ਹੋਵੇ ਗਾਇਕੀ ਦਾ ਉਹਨੂੰ ਸ਼ੌਂਕ ਹੋਵੇ ਸਿੱਖਣਾ ਚਾਹੁੰਦਾ ਹੋਵੇ ਜਾਂ ਆਲਰੇਡੀ ਸਿੱਖਿਆ ਹੈਗਾ ਉਹ ਵਧੀਆ ਗਾਉਣਾ ਚਾਹੁੰਦਾ ਹੈਗਾ ਤੇ ਅਸੀਂ ਉਹਦੀ ਹੈਲਪ ਜ਼ਰੂਰ ਕਰਾਂਗੇ ਅਸੀਂ ਮੇਰੀ ਜਿਹੜੀ ਹੈਗੀ ਆ ਸੋਚਣੀ ਆ ਕਿ ਤੁਹਾਡੇ ਪੰਜ ਦਰਿਆ ਦੇ ਪੂਰੇ ਸਟਾਫ ਦੇ ਨਾਲ ਜੁੜ ਕੇ ਤੇਜ ਰੈਕੋਰਡ ਕੰਪਨੀ ਦੇ ਨਾਲ ਜੁੜ ਕੇ ਅਸੀਂ ਇੱਕ ਟੀਮ ਜਿਹੜੀ ਹੈਗੀ ਆ ਪ੍ਰੋਪਰ ਵੈਸੇ ਤਿਆਰ ਹੈਗੀ ਸਾਡੀ ਟੀਮ ਮੈਂ ਵੀ ਤੁਹਾਡੇ ਨਾਲ ਜੁੜ ਕੇ ਪੂਰੀ ਟੀਮ ਤਿਆਰ ਕਰਕੇ ਇੱਕ ਏਦਾਂ ਦਾ ਪਲੇਟਫਾਰਮ ਸਕੋਟਲੈਂਡ ਦੇ ਵਿੱਚ ਬਣਾਈਏ ਜਿਹਦੇ ਨਾਲ ਕੋਈ ਵੀ ਖੁਸ਼ੀ ਗਮੀ ਵਾਲਾ ਪ੍ਰੋਗਰਾਮ ਜਿਹੜਾ ਹੋਵੇ ਤੇ ਉਹਦੇ ਵਿੱਚ ਅਸੀਂ ਪੂਰੀ ਟੀਮ ਜਾ ਕੇ ਜਿਹੜੀ ਹੈਗੀ ਉਹ ਸ਼ਿਰਕਤ ਕਰ ਸਕੀਏ ਆਉਣ ਵਾਲਾ ਸੁਪਨਾ ਜਿਹੜਾ ਹੈਗਾ ਉਹ ਏਦਾਂ ਦਾ ਹੈਗਾ ਕਿ ਵਧੀਆ ਢੰਗ ਦੇ ਨਾਲ ਵਧੀਆ ਗੀਤ ਵਧੀਆ ਗੱਲਾਂ ਬਾਤਾਂ ਜਿਹੜੀਆਂ ਉਹ ਅਸੀਂ ਕਰੀਏ ਤੇ ਉਹਦੇ ਵਾਸਤੇ ਅਸੀਂ ਸਕੋਟਲੈਂਡ ਦੇ ਵਿੱਚ ਇੱਕ ਪਲੇਟਫਾਰਮ ਤਿਆਰ ਕਰਾਂਗੇ ਜਿਹਦੇ ਨਾਲ ਹਰ ਬੰਦਾ ਸਾਡੇ ਨਾਲ ਆ ਕੇ ਜੁਆਇਨ ਕਰ ਸਕਦਾ ਹੈਗਾ ਕਿਉਂਕਿ ਮੈਂ ਅੱਜ ਕੱਲ੍ਹ ਮੀਡੀਆ ਹੈਗਾ ਮੀਡੀਆ ਦੇ ਜ਼ਰੀਏ ਤੁਸੀਂ ਗਾਹੇ ਵਗਾਹੇ ਕਿਤੇ ਫੇਸਬੁੱਕ 'ਤੇ ਕਦੇ ਵਟਸਐਪ 'ਤੇ ਕਦੇ ਰੇਡੀਓ 'ਤੇ ਤੁਹਾਨੂੰ ਅਸੀਂ ਟੱਕਰਾਂਗੇ ਅਤੇ ਉੱਥੇ ਤੁਸੀਂ ਆਪਣਾ ਸਾਨੂੰ ਸੁਨੇਹਾ ਦਿਓ ਜੀ ਮੈਨੂੰ ਆਹ ਜ਼ਰੂਰਤ ਹੈਗੀ ਹੈ ਮੈਂ ਆਹ ਕਰਨਾ ਚਾਹੁੰਦਾ ਸਾਡੇ ਨਾਲ ਉਹ ਹਰ ਹਾਲਤ ਜਿਹੜੀ ਹੈਗੀ ਜਿੰਨੀ ਵੀ ਹੋ ਸਕੀ ਉਹ ਮੈਂ ਵੀ ਹੈਲਪ ਕਰੂੰਗਾ ਅਤੇ ਤੁਹਾਡੀ ਪਹਿਲਾਂ ਤਾਂ ਇੰਨਾ ਟਾਈਮ ਤੁਸੀਂ ਸਾਡੇ ਲਈ ਦਿੱਤਾ ਉਹਦੇ ਲਈ ਤੁਹਾਡਾ ਜਾਂਦੇ ਜਾਂਦੇ ਅਸੀਂ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਜਦੋਂ ਵੀ ਤੁਹਾਨੂੰ ਅੱਗੇ ਨੂੰ ਆਵਾਜ਼ ਮਾਰਾਂਗੇ ਤਾਂ ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਸਾਡੀ ਝੋਲੀ ਜ਼ਰੂਰ ਪਾਉਂਗੇ ਬਿਲਕੁਲ ਜੀ ਜਦੋਂ ਵੀ ਕਹੋਗੇ ਉਦੋਂ ਹਾਜ਼ਰ ਰਹਾਂਗੇ ਆਪਾਂ ਅਤੇ ਦੁਬਾਰਾ ਫਿਰ ਮੈਂ ਕਹੂੰਗਾ ਕਿ ਬਹੁਤ ਬਹੁਤ ਧੰਨਵਾਦ ਪੰਜ ਦਰਿਆ ਦੀ ਪੂਰੀ ਫੁੱਲ ਟੀਮ ਦਾ ਔਰ ਤੇਜ਼ ਰੈਕੋਰਡ ਕੰਪਨੀ ਦਾ ਹਾਂਜੀ ਦੋਸਤੋ ਇਹ ਸਨ ਕਰਮਜੀਤ ਮੀਨੀਆ ਜਿਨ੍ਹਾਂ ਦੇ ਨਾਲ ਅਸੀਂ ਸੰਖੇਪ ਰੂਪ ਦੇ ਵਿੱਚ ਤੁਹਾਡੀ ਸਾਂਝ ਪੁਆਈ ਆ ਕੋਸ਼ਿਸ਼ ਕੀਤੀ ਆ ਕਿ ਕਰਮਜੀਤ ਮੀਨੀਆ ਦੇ ਜਿਹੜਾ ਸੰਗੀਤਕ ਸਫ਼ਰ ਆ ਉਹ ਤੁਹਾਡੇ ਰੂਬਰੂ ਕੀਤਾ ਜਾਵੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਗੱਲਬਾਤ ਨੂੰ ਜ਼ਰੂਰ ਪਸੰਦ ਕਰੋਗੇ ਜੇਕਰ ਤੁਸੀਂ ਵੈਬ ਚੈਨਲ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਕੇ ਜਿਹੜੇ ਅਗਲੇ ਪ੍ਰੋਗਰਾਮ ਆ ਉਹ ਦੇਖਣੇ ਨਾ ਭੁੱਲਣਾ ਜੇ ਤੁਸੀਂ ਇਸੇ ਗੱਲਬਾਤ ਨੂੰ ਫੇਸਬੁੱਕ ਟਵਿੱਟਰ ਜਾਂ ਹੋਰ ਕਿਸੇ ਮੀਡੀਆ ਸਾਧਨ 'ਤੇ ਦੇਖ ਰਹੇ ਹੋ ਤਾਂ ਲਾਈਕ ਜਾਂ ਫੋਲੋ ਕਰਨਾ ਵੀ ਨਹੀਂ ਭੁੱਲਣਾ ਅਤੇ ਨਾਲ ਹੀ ਸਾਡਾ ਜਿਹੜਾ ਜਾਂਦੇ ਜਾਂਦੇ ਇੱਕ ਤੁਹਾਡੇ ਸਭ ਦੇ ਸਨਮੁੱਖ ਇੱਕ ਸੁਨੇਹਾ ਇਹ ਹੈ ਕਿ ਅਸੀਂ ਕਰਮ ਭੂਮੀ ਅਤੇ ਜਨਮ ਭੂਮੀ ਨੂੰ ਪਰਨਾਏ ਹੋਏ ਲੋਕ ਹਾਂ ਅਤੇ ਅਸੀਂ ਜਨਮ ਭੂਮੀ ਨੂੰ ਯਾਦ ਰੱਖਦੇ ਹਾਂ ਅਤੇ ਕਰਮ ਭੂਮੀ ਪ੍ਰਤੀ ਵੀ ਸਮਰਪਿਤ ਹਾਂ ਸਾਡਾ ਇਹ ਸੋਚਣਾ ਕਿ ਜਿੱਥੇ ਅਸੀਂ ਰਹਿੰਦੇ ਹਾਂ ਜੇ ਉਸ ਧਰਤੀ ਦੇ ਉੱਤੇ ਕੋਈ ਚੰਗਾ ਆਰਟਿਸਟ ਕਿਸੇ ਪੱਖੋਂ ਕਲਾ ਖੇਤਰ ਦੇ ਵਿੱਚ ਸਾਹਮਣੇ ਨਹੀਂ ਆ ਸਕਿਆ ਤਾਂ ਅਸੀਂ ਪੰਜ ਦਰਿਆ ਅਤੇ ਤੇਜ਼ ਰੈਕੋਰਡਸ ਵੱਲੋਂ ਉਸ ਸ਼ਖਸ ਨੂੰ ਲੋਕਾਂ ਦੇ ਸਾਹਮਣੇ ਰੂਬਰੂ ਕਰਨ ਲਈ ਵਚਨਬੱਧ ਰਹਾਂਗੇ ਇੰਨਾ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲੈਣਾ ਧੰਨਵਾਦ।